चकते टीवी देख रहे सारे दर्शकों का स्वागत है। देश विदेश दी खबरां लैके मैं हाँ गुरविंदर संधू। मारदे नज़र हुण तक दीआं सुरखियां ते नांदेड़ साहिब विच सिख नौजवानां अते पुलिस कर्मियां विचाले झड़प, चार पुलिस कर्मी जख्मी, 17 व्यक्तियों खिलाफ मामला दर्ज। तीन खेती कानूनों संबंधी रिपोर्ट सुप्रीम कोर्ट विच दाखल, जल्द होवेगा फैसला। विधानसभा चोणां दा असर दिखना होया शुरू, मुख्यमंत्री कैप्टन अमरिंदर सिंह दे बिजली दरां नूं लैके वड्डे ऐलान। मलोड की घटना तो बाद मुख्यमंत्री कैप्टन अमरिंदर सिंह ने चुके सख्त कदम, भाजपा लीडरां दी वधाई सुरक्षा। हरमन प्यारे गायक दिलजान दी सड़क हादसे विच मौत, परिवार सने संगीत जगत विच सोग दी लहर। हुण खबरां विस्थार नाल। महाराष्ट्र के शहर नांदेड़ साहिब विखे पंजवें तख्त तख्त श्री हजूर साहिब की इतिहासिक धरती से उस वक्त माहौल तनावपूर्ण हो गया जदों होले मोहल्ले के पर मौके नगर कीर्तन कढ़न की मंजूरी ना मिलने के चलते श्रद्धालुओं और पुलिसकर्मियों विचकार झड़प हो गई, जिस विच चार पुलिसकर्मी जख्मी हो गए। 17 व्यक्तियों खिलाफ पुलिस ने मामला दर्ज किया। ये तस्वीरां जो तुसी देख रहे हो नंदेड़ महाराष्ट्र दियां ने, जिथे सिख श्रद्धालुआं अते पुलिस विचाले बीते कल टकराव हो गया। ਇਹ ਟਕਰਾਅ ਪੰਜਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਰਵ ਮੌਕੇ ਹੋਇਆ, ਜਦੋਂ ਸਿੱਖ ਸ਼ਰਧਾਲੂ ਅਤੇ ਮਹਾਰਾਸ਼ਟਰ ਦੀ ਪੁਲਿਸ ਨਗਰ ਕੀਰਤਨ ਦੀ ਮਨਜ਼ੂਰੀ ਨੂੰ ਲੈ ਕੇ ਆਪਸ ਵਿੱਚ ਭਿੜ ਗਏ। दरअसल करोना महामारी के चलदिया महाराष्ट्र पुलिस वालों होला महला मनाने दौरान कढ़े जाने वाले नगर कीर्तन की मंजूरी नहीं दिती गई सी। महाराष्ट्र पुलिस मुताबिक गुरद्वारा कमेटी और पुलिस की आपसी सहमति से गुरद्वारे की सीमा के अंदर रह के होला महला मनाने का फैसला तय होया सी। पर अंत नूं सिख श्रद्धालुओं वालों लाए गए बैरीकेड तोड़ दिते गए, भीड़ आपे तो बाहर हो गई अते पुलिस अते श्रद्धालुओं की मुठभेड़ हो गई, जिसके चलदिया चार पुलिसकर्मियों के जख्मी होने की खबर सामने आई है। पुलिस वालों 200 व्यक्तियों से धारा 307, 324, 188, 269 तहत मामला दर्ज कर 17 गिरफ्तारियां की गई ने। पुलिस वालों की गई इस कार्रवाई से सवाल खड़े हो रहे हैं, जिथे एक पासे वड्डियां वड्डियां सियासी रैलियां हो रही ने,
ਤਾਂ ਉੱਥੇ ਹੀ ਦੂਜੇ ਪਾਸੇ ਧਾਰਮਿਕ ਸਮਾਗਮਾਂ 'ਚ ਵਿਤਕਰਾ ਦੇਖਣ ਨੂੰ ਮਿਲਦਾ ਹੈ। ਭਾਵੇਂ ਕਿ ਦੇਸ਼ 'ਚ ਕਰੋਨਾ ਵੱਡੇ ਪੱਧਰ 'ਤੇ ਫੈਲ ਰਿਹਾ ਹੈ, ਪਰ ਦੂਜੇ ਪਾਸੇ ਬੰਗਾਲ ਸਣੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਬੀਤੇ ਕੱਲ੍ਹ ਦੀ ਜੇਕਰ ਗੱਲ ਕਰੀਏ ਤਾਂ ਤਾਮਿਲਨਾਡੂ ਦੇ ਸ਼ਹਿਰ ਚੇਨਈ 'ਚ ਜੇਪੀ ਨੱਡਾ ਵੱਲੋਂ ਰੋਡ ਸ਼ੋਅ ਕੀਤਾ ਗਿਆ ਸੀ, ਜਿੱਥੇ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬੀਤੇ ਕੱਲ੍ਹ ਹੋਲੀ ਦਾ ਤਿਉਹਾਰ ਵੀ ਵੱਡੇ ਪੱਧਰ 'ਤੇ ਦੇਸ਼ ਭਰ 'ਚ ਮਨਾਇਆ ਗਿਆ, ਪਰ ਨੰਦੇੜ ਸਾਹਿਬ 'ਚ ਹੋਈ ਇਸ ਘਟਨਾ 'ਤੇ ਹੁਣ ਪੁਲਿਸ ਸਣੇ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਹੈ। ਲੰਘੀ 11 ਜਨਵਰੀ ਨੂੰ ਤਿੰਨ ਖੇਤੀ ਕਾਨੂੰਨਾਂ ਸੰਬੰਧੀ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਰਿਪੋਰਟ 19 ਮਾਰਚ ਨੂੰ ਹੀ ਸੁਪਰੀਮ ਕੋਰਟ ਵਿੱਚ ਸੌਂਪ ਦਿੱਤੀ ਗਈ ਸੀ। ਇਸ ਨੂੰ ਜਲਦੀ ਹੀ ਪ੍ਰੈਸ ਵਿੱਚ ਜਨਤਕ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦੀ ਸਰਕਾਰ ਨਾਲ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਦੌਰਾਨ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ, ਜਿੱਥੇ ਕੋਰਟ ਨੇ 4 ਮੈਂਬਰੀ ਕਮੇਟੀ ਦਾ ਗਠਨ ਕਰਕੇ ਰਿਪੋਰਟ ਦੇਣ ਲਈ ਸਿਫਾਰਿਸ਼ ਕੀਤੀ। ਹੁਣ ਇਸ ਕਮੇਟੀ ਨੇ ਆਪਣੀ ਰਿਪੋਰਟ ਕੋਰਟ ਵਿੱਚ ਸੌਂਪ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 4 ਮੈਂਬਰੀ ਕਮੇਟੀ 'ਚੋਂ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ। ਸੋ ਹੁਣ ਇਸ ਕਮੇਟੀ 'ਚ ਅਨਿਲ ਧਨਵਤ, ਅਸ਼ੋਕ ਗਲਾਟੀ ਅਤੇ ਪ੍ਰਮੋਦ ਕੁਮਾਰ ਜੋਸ਼ੀ ਬਚੇ ਸਨ, ਜਿਨ੍ਹਾਂ ਰਿਪੋਰਟ ਤਿਆਰ ਕਰ ਕੋਰਟ 'ਚ ਸੀਲਬੰਦ ਲਿਫਾਫੇ 'ਚ ਸੌਂਪੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੁਪਰੀਮ ਕੋਰਟ ਤੱਕ ਇਹ ਰਿਪੋਰਟ 19 ਮਾਰਚ ਨੂੰ ਹੀ ਦਰਜ ਕਰਵਾ ਦਿੱਤੀ ਗਈ ਸੀ ਅਤੇ ਇਸ ਨੂੰ ਜਲਦ ਹੀ ਪ੍ਰੈਸ ਦੁਆਰਾ ਸਾਰਵਜਨਿਕ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕਮੇਟੀ ਵੱਲੋਂ ਤਿਆਰ ਕੀਤੀ ਇਹ ਰਿਪੋਰਟ ਕਿਸਾਨਾਂ ਦੀਆਂ ਉਮੀਦਾਂ 'ਤੇ ਕਿੰਨੀ ਕੁ ਖਰੀ ਉਤਰੇਗੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ, ਜਿਸ ਨਾਲ ਆਮ ਖਪਤਕਾਰਾਂ ਨੂੰ ਵੱਡੀ ਰਾਹਤ ਮਿਲਣ ਦੇ ਆਸਾਰ ਨੇ। ਸੂਬੇ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਐਲਾਨ ਕਰਦੇ ਕਿ ਆਉਣ ਵਾਲੀ ਇਲੈਕਸ਼ਨ ਵਿੱਚ ਖੇਡ ਕਰਨ ਤੋਂ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਹੁਣ ਤੋਂ ਹੀ ਦਾਅ ਪੇਚ ਲਾਉਣੇ ਵੀ ਸ਼ੁਰੂ ਕਰ ਦਿੱਤੇ ਨੇ। ਜਿੱਥੇ ਇੱਕ ਪਾਸੇ ਅਕਾਲੀ ਦਲ ਧੜਾ ਧੜ ਆਪਣੇ ਉਮੀਦਵਾਰ ਐਲਾਨ ਰਿਹਾ ਹੈ ਤੇ ਧੜੇਬੰਦੀ ਨੂੰ ਖਤਮ ਕਰਨ ਦੀ ਕਵਾਇਦ ਸ਼ੁਰੂ ਕਰ ਚੁੱਕਾ ਹੈ, ਤਾਂ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਮੋਰਚਾ ਸਾਂਭਦੇ ਹੋਏ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਹੋਏ ਚੋਣ ਵਾਅਦਿਆਂ ਦੀਆਂ ਪਰਤਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕੈਪਟਨ ਸਰਕਾਰ ਹੁਣ ਸੂਬੇ 'ਚ ਬਿਜਲੀ ਦਰਾਂ ਨੂੰ ਘਟਾਉਣ ਦੀ ਤਿਆਰੀ ਕਰ ਰਹੀ ਹੈ। ਖਬਰਾਂ ਹਨ ਕਿ ਸੂਬੇ 'ਚ ਬਿਜਲੀ ਦੇ ਰੇਟ 32% ਤੱਕ ਘੱਟ ਹੋ ਸਕਦੇ ਨੇ। ਪਿਛਲੇ ਦਿਨੀ ਸੂਬੇ 'ਚ ਆਪ ਵੱਲੋਂ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਸਨ, ਜਿਸ ਦੇ ਚੱਲਦੇ ਕੈਪਟਨ ਸਰਕਾਰ ਨੂੰ ਅੰਦਾਜ਼ਾ ਹੈ ਕਿ ਸੂਬੇ 'ਚ ਬਿਜਲੀ ਮਹਿੰਗਾਈ ਦਾ ਮੁੱਦਾ ਭਖ ਸਕਦਾ ਹੈ, ਜੋ ਸਰਕਾਰ ਨੂੰ ਵੱਡਾ ਖੋਰਾ ਲਾਵੇਗਾ। ਇੱਕ ਨਿੱਜੀ ਅਖਬਾਰ ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ PSPCL ਨੂੰ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਘਟਾਉਣ ਲਈ ਕਿਹਾ ਹੈ। ਮੀਡੀਆ ਦੀਆਂ ਕਨਸੋਹਾਂ ਮੁਤਾਬਕ ਦਰਾਂ 32% ਤੱਕ ਘੱਟ ਸਕਦੀਆਂ ਨੇ। ਦੱਸਣਯੋਗ ਹੈ ਕਿ ਲੰਘੇ ਦਸੰਬਰ ਮਹੀਨੇ PSPCL ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਤੱਕ ਪਹੁੰਚ ਕਰਕੇ ਬਿਜਲੀ ਦਰਾਂ ਵਿੱਚ 9% ਵਾਧਾ ਕਰਨ ਲਈ ਕਿਹਾ ਸੀ, ਪਰ ਹੁਣ ਸਰਕਾਰ ਨੇ ਉਸ ਉੱਤੇ ਦਰਾਂ ਘਟਾਉਣ ਦਾ ਦਬਾਅ ਪਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 2 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ PSPCL ਨੇ ਪਹਿਲੀਆਂ 100 ਯੂਨਿਟਾਂ 4.99 ਰੁਪਏ ਫੀ ਯੂਨਿਟ ਹੈ, ਜਿਸ ਨੂੰ ਹੁਣ ਘਟਾ ਕੇ 3.02 ਰੁਪਏ ਫੀ ਯੂਨਿਟ ਕੀਤਾ ਜਾ ਸਕਦਾ, ਜੋ ਪਿਛਲੀਆਂ ਪ੍ਰਸਤਾਵਿਤ ਦਰਾਂ ਤੋਂ 32% ਘੱਟ ਹੈ।
ਖਬਰਾਂ ਮੁਤਾਬਕ ਬਿਜਲੀ ਦਰਾਂ ਦਾ ਇਹ ਘਾਟਾ ਸਨਅਤਕਾਰਾਂ ਤੇ ਗੈਰ ਘਰੇਲੂ ਖਪਤਕਾਰਾਂ ਤੋਂ ਵਸੂਲ ਕੀਤਾ ਜਾਵੇਗਾ ਜਿਸ ਨਾਲ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ ਪਰ ਸਨਅਤਕਾਰਾਂ ਅਤੇ ਗੈਰ ਘਰੇਲੂ ਖਪਤਕਾਰਾਂ ਲਈ ਇਹ ਬੁਰੀ ਖਬਰ ਹੈ। बीते दिन भाजपा विधायक अरुण नारंग ते हुए हमले की घटना अते किसानां दे रोह नूं देखते हुए मुख्यमंत्री कैप्टन अमरिंदर सिंह ने भाजपा दे लीडरां लई सुरक्षा दे पुख्ता प्रबंध करन दे हुक्म जारी कीते ने। बीते दिन भाजपा विधायक अरुण नारंग ते हुए हमले बाबत पंजाब सरकार हरकत च आई दिख रही है। हमले की घटना अते किसानां दे भाजपा विरुद्ध रोह भरे वतीरे दे चलदिआं कैप्टन सरकार ने भाजपा लीडरां दी सुरक्षा दे करड़े इंतजाम कीते ने। कैप्टन सरकार ने जिले दिआं डिप्टी कमिश्नरां अते पुलिस कप्तानां नूं सख्त हदायतां दे के भाजपा लीडरां दे तय कीते प्रोग्रामां समें मुस्तैद रहण अते सुरक्षा दे सख्त प्रबंध करन दे हुक्म दिते ने। जिक्रयोग है कि बीते दिनी अबोहर तो भाजपा के विधायक अरुण नारंग दे नाल खिचतू करन दा मामला सामने आया सी। इत्थों तक कि प्रदर्शनकारियों वल्लों विधायक दे कपड़े पाड़ के निर्वस्त्र कर दिता गया सी। भाजपा लीडरां ने होए हमले के सीधे दोष विरोधी धिरां कांग्रेस अकाली दल अते आप ते लाए सन। हालांकि मुख्यमंत्री कैप्टन अमरिंदर सिंह अते सुखबीर बादल वल्लों इस घटना की निखेधी की गई सी अते किसानी अंदोलन की अगवाई कर रहे संयुक्त किसान मोर्चे वल्लों भी जाबते च रह के प्रदर्शन करन दी अपील की गई सी। बहरलाल भविख विच अजिही घटना ना वापरे इस नूं देखदिआं पंजाब सरकार पूर्ण तौर पर चौकस है ते भाजपा लीडरां की सुरक्षा वधा दित्ती है। सुरक्षेत्र नामक मशहूर प्रोग्राम के मुकाबले में जेतू रहे उगे गायक दिलजान की बीते कल एक दर्दनाक सड़क हादसे में मौत हो गई। संगीत जगत में चंगा नामना खट चुके सन दिलजान। दिलजान ने स्रोत्या ते परिवार वालियां नू हमेशा लई अलविदा कह दिता। संगीत जगत विच उस वक्त सोग की लहर दौड़ गई जदों उगे गायक दिलजान की अचानक एक सड़क हादसे विच मौत हो गई। हादसा भी अजिहा कि हादसे वाली कार दियां तस्वीरां देख के रूह कंब जावे। संगीत जगत विच चंगा नामना खट्टन वाले दिलजान टीवी प्रोग्राम सुर क्षेत्र विच भारत अते पाकिस्तान विचकार होए गायकी दे मुकाबले विच जेतू रहे सन जिसने उन्हां नूं रातों रात स्टार बना दिता सी। वड्डी गिनती विच स्रोते उन्हां दी कला दे कायल सन पर अफसोस उन्हां दी जिंदगी दा सफर उन्हां दा लंबा साथ ना दे सकिया अते बेवक्ती मौत ने दिलजान नूं उन्हां दे स्रोतियां अते परिवार वालियां तों खोह लिया। दसणयोग है कि दिलजान दे परिवार विच उन्हां दी पत्नी अते उन्हां दे बेटी ने जो कि विदेश विच रहिंदे ने अते उन्हां दी अंतिम विदायगी लई निभाई जाण वाली रस्म लई पुलिस परिवारिक मैंबरां दा इंतजार कर रही है। रात वक्त करीब 2 बजे दा होएगा एक इनफॉर्मेशन आई कि एक्सीडेंट होया। जाके देखा ते एक नौजवान जिहड़ा उत्थे रंजीत हॉस्पिटल लै के गया सी राहगीर जी। बाद डॉक्टर साहब पूछा तो उन्हें दसा भी मौत हो चुकी है। कौन सी सर? ਇਹ ਹੈਗਾ ਦਿਲਜਾਨ ਸਿੰਘ, ਦਿਲਜਾਨ ਪੁੱਤਰ ਬਲਦੇਵ ਕੁਮਾਰ ਵਾਸੀ ਕਰਤਾਰਪੁਰ। ਬਾਅਦ ਵਿੱਚ ਪਤਾ ਲੱਗਾ ਵੀ ਇਹ ਸਿੰਗਰ ਹੀ। ਠੀਕ ਹੈ, ਤਾਂ ਅੱਗੇ ਦੀ ਕਾਰਵਾਈ ਕੀ ਹੈ? ਪੋਸਟਮਾਰਟਮ ਪੋਸਟਮਾਰਟਮ ਇਹਦੇ ਮਾਪਿਆਂ ਨੇ ਜਿਹੜੀ ਡੈਡ ਬੋਡੀ ਆ ਰਖਵਾਈ ਆ ਐਪੀ ਹੋਸਪਿਟਲ ਕਰਤਾਰਪੁਰ ਜੀ। ਇਹਦੀ ਮਿਸਿਜ ਤੇ ਇਹਦੀ ਬੇਟੀ ਜਿਹੜੀ ਆ ਕੈਨੇਡਾ ਤੋਂ 5 ਤਰੀਕ ਨੂੰ ਆ ਰਹੀ ਆ।
लेकिन राहगीर ने जिन्हां ने चुके खड़िया गड्डी दे विच एक्सीडेंट होने कारण फसिया है ते कढ़िया है ते कारण हो सकदा इहने पिछों निहाल के जां किसी गड्डी दे विच गड्डी वज गई है खबर ताजतरीन खबर लाके फिर मिलांगे देखते रहो चकते टीवी। सत श्री अकाल।